ਸਾਂਝਾ ਹੋਰ ਆਪ ਦੇਖ ਰਹੇ ਹਾਂ ਯੂਟਿਊਬ ਚੈਨਲ ਮਲਿਕ ਇਸਲਾਮ ਆਫੀਸ਼ਲ। ਉਮੀਦ ਕਰਦੇ ਹਾਂ ਆਪ ਸਭ ਖੈਰ ਖਰੀਅਤ ਸੇ ਹੋਵੋਗੇ। ਸਾਰੀ ਉਰਦੂ ਥੀਂਦੀ ਪਈ ਇੱਥੇ ਐਂਡ ਸੁਬਹਾ ਸਵੇਰੇ ਉੱਠਾਂ ਅਤੇ ਉੱਠ ਕੇ ਨਮਾਜ਼ ਵਗੈਰਾ ਪੜ੍ਹੀਏ, ਨਾਸ਼ਤਾ ਕੀਤਾ, ਤਿਆਰ ਹੋ ਗਈਆਂ। ਮੈਂ ਤਾਂ ਇਤਨਾ ਖਾਸ ਕੋਨਾ ਤਿਆਰ ਸੀ, ਕਿਹੜਾ ਅੱਜ ਦਾ ਦਿਹਾੜਾ ਹੈ, ਪੰਜਾਬੀ ਸਕਾਫਤੀ ਦਿਹਾੜਾ, ਸਕਾਫਤ ਸਾਰੀ। ਹਰ ਸਰਕਾਰੀ ਇਦਾਰੇ 'ਚ, ਕਾਲਜ, ਸਕੂਲਾਂ 'ਚ ਆਪਣੇ ਹਿਸਾਬ ਨਾਲ ਕਲਚਰ ਡੇ ਮਨੀਦਾ ਪੀਏ ਪੰਜਾਬ ਦਾ, ਅਤੇ ਅਸਾਂ ਅੱਜ ਮਨੇ ਸੁ ਇੰਜੋਏ ਕਰਿਆ ਸੁ ਦੇਖਣਾ। ਅੱਜ ਸਕਾਫਤ ਇਸ ਤਰੀਕੇ ਨਾਲ ਮਨੇਦੇ ਪੈਣ, ਬਾ ਫੋਟੋ ਸ਼ੂਟ ਥੀਂਦੇ ਪੈਣ, ਅਤੇ ਬਾਕੀ ਪਤਾ ਨਹੀਂ ਸਕਾਫਤ ਨਜ਼ਰ ਨਹੀਂ ਆਉਂਦੀ ਪਈ। ਅੱਜ ਕੱਲ੍ਹ ਫੋਟੋਆਂ 'ਚ ਰਹਿ ਗਈ ਸਕਾਫਤ। ਇਹ ਕੁਝ ਆਉਂਦੇ ਪਏ ਆਉਂਦੇ ਪਏ, ਇਹ ਕੁਝ ਹਾਲ, ਸਟੂਡੈਂਟ ਸਾਰੇ ਬੈਠੇ ਨੇ, ਕੁਝ ਕੱਪੜੇ ਪਾ ਕੇ ਆਏ। ਇਸ ਟਾਈਮ ਮੈਂ ਅਸਕਰ ਚੌਂਕ 'ਤੇ ਖੜਾ, ਦੋਸਤ ਖੜੇ, ਕੋਈ ਸਲੋਮੋ ਵਗੈਰਾ ਬਣੇ ਨੇ, ਅਤੇ ਵਿਲਾਗ ਕੋ ਥੋੜ੍ਹਾ ਜਿਹਾ ਗੈਪ ਆ ਗਈ ਹੈ। ਉਸ ਟਾਈਮ ਹੈ ਟਾਈਮ ਤਕਰੀਬਨ 12 ਦਾ, ਅਤੇ ਹੁਣ ਉਹ ਸੀ ਤਕਰੀਬਨ 5:30 ਦਾ, ਅਤੇ ਮੇਰੀ ਨਾ ਥੋੜ੍ਹੀ ਤਬੀਅਤ ਠੀਕ ਹੈ ਖਰਾਬ ਸ਼ੋਰ ਦੀ ਵਜ੍ਹਾ ਤੋਂ, ਅਤੇ ਅੱਜ ਜਿਹੜਾ ਆਰਾਮ ਸਾਰਾ ਦਿਨ ਇਸ ਫੰਕਸ਼ਨ 'ਤੇ, ਅਤੇ ਮੈਂ ਵਾ ਥੋੜ੍ਹਾ ਆਰਾਮ ਕੀਤਾ, ਫਰੈਸ਼ ਥੀ ਹਾਂ, ਅਤੇ ਉਸ ਤੋਂ ਬਾਅਦ ਆਇਆ, ਅਤੇ ਬਾਅਦ ਮੈਂ ਇੱਡੇ ਨਿਕਲ ਆਇਆ ਆਪਣੇ ਘਰ ਵਾਲੀ ਸਾਈਡ 'ਤੇ। ਮੈਂ ਕਿ ਚਲੋ ਇੱਥੋਂ ਥੋੜ੍ਹਾ ਦਿਮਾਗ ਹੀ ਫਰੈਸ਼ ਥੀ ਹੋਇਆ ਸੀ, ਠੰਡੀ ਹਵਾ ਅਤੇ ਖੁੱਲ੍ਹੀ 'ਤੇ, ਅਤੇ ਥੋੜ੍ਹਾ ਕੋਈ ਦਰਖਤ ਵਗੈਰਾ ਕੁੜੇ ਗਿਨਸਾਂ ਜਿਹੜੇ ਲਾਈ ਪਈਆਂ, ਅਤੇ ਮੈਂ ਦਰਖਤਾਂ ਕੁੜੇ ਥਾਂ। ਤੁਸਾਂ ਅੱਜ ਜਿਵੇਂ ਮੁਖਤਲਿਫ ਸਕੂਲਾਂ 'ਚ ਫੰਕਸ਼ਨ ਥੈਨ, ਉਹਨਾਂ ਦੀਆਂ ਤਸਵੀਰਾਂ ਡੇ ਕਿਨੂੰ ਅੱਛੀਆਂ ਅੱਛੀਆਂ ਤਸਵੀਰਾਂ ਮੈਂ ਐਡ ਕੀਤੀਆਂ। ਅੱਛਾ, ਉਮੀਦ ਕਰਦਾ ਤੁਹਾਕੂ ਇਹ ਤਸਵੀਰਾਂ ਅੱਛੀਆਂ ਲੱਗੀਆਂ ਹੋ ਸਨ, ਨਹੀਂ ਲੱਗੀਆਂ ਤਾਂ ਖੈਰ ਹੈ। ਅਤੇ ਜਿਵੇਂ ਵਾਲੀ ਕਾਰ ਮੈਂ ਜੱਡਣ ਹੀ ਆਵਾਂ ਇੱਥਾਂ, ਤਾਂ ਇਹਨੂੰ ਚੱਕਰ ਜ਼ਰੂਰ ਲੈਣਾ, ਤੁਹਾਨੂੰ ਅਪਡੇਟ ਦੇਣਾ ਥਲ ਦੀ ਮਕਬੂਲ ਫਸਲ ਦੀ ਕੀ ਹਾਲਤ ਹੈ ਇਸ ਟਾਈਮ, ਅਤੇ ਇੱਕ ਤੁਹਾਨੂੰ ਮਸ਼ਵਰਾ ਇਹ ਦੇਣ ਦਾ ਪੀਆਂ ਕਿ ਅਗਰ ਤੁਸੀਂ ਬੇਰੁਜ਼ਗਾਰ ਹੀ ਵੇਨਾ ਤਾਂ ਦੇ ਪਵੇ, ਇਹ ਸਾਰੀ ਜ਼ਮੀਨ ਛੁੱਟੀ ਪਈ ਹੈ, ਇਹ ਇਸਦੇ ਸਾਰਾ ਨਾ ਖੱਗਾ ਲੱਗਾ ਪੀਏ, ਅਗਰ ਇੱਥੇ ਰਹਿਣ ਵਾਲਾ ਜਾਂ ਕਿੱਥੇ ਰਹਿਣ ਵਾਲਾ ਦਰਖਤ ਪਾਲ ਗਏ ਨੂੰ ਇਸ ਤਰੀਕੇ ਨਾਲ 6 ਮਹੀਨੇ ਮਿਹਨਤ ਕਰਨੀ ਪਾਉਂਦੀ, ਉਸ ਤੋਂ ਬਾਅਦ ਕਮੇਟੀ ਨਿਕਲਦੀ ਹੈ। ਅਗਰ ਤੁਹਾਡੀ ਜ਼ਮੀਨ ਕਾਹਨੀ ਤੱਕ ਦੋਸਤ ਨੂੰ ਪਾਰਟਨਰਸ਼ਿਪ 'ਤੇ ਕਰਜ ਸੰਗਦੇ ਵੇ, ਅਤੇ ਜ਼ਬਰਦਸਤ ਰੁਜ਼ਗਾਰ। ਅੱਛਾ, ਮੈਂ ਪਹੁੰਚ ਚੁੱਕਾ, ਅਤੇ ਮੈਂ ਇੱਥਾਂ ਤੁਹਾਨੂੰ ਕੰਡੀਸ਼ਨ ਦਿਖਾਵਾਂ ਚਾ, ਇਹਦੇ ਕੋਲ ਬਹੁਤ ਘਨੀ ਘਨੀ ਫਸਲ ਥਈ ਪਈ ਹੈ ਇਸ ਟਾਈਮ ਅਰੂਜ 'ਤੇ, ਤੁਹਾਨੂੰ ਮੈਂ ਆਖਦਾ ਡੱਡੇ ਬਣੇ ਖੜਨ, ਅਤੇ ਇਸ ਡੱਡਾਂ ਨੂੰ ਮੈਂ ਤਾਂ ਖਾਵਣ ਹੀ ਆਇਆ, ਅਤੇ ਮੈਂ ਆ ਕੇ ਚਲੋ ਵੀਡੀਓ ਬਣ ਰਿਹਾ ਸੀ, ਅਤੇ
ये देखो इस टाइम नरम नरम छोलन इन्होंने असा मुख्तलिफ चीज़ों वास्ते इस्तेमाल करें दे, मतलब चावल बड़ा कि साल नहीं बन पे तो अगर मैं थोड़ा दिखा ना परूजते इन बिल्कुल। अच्छा मज़े की गल है ना हूँ इतू अगर तुम राह टपसो पता लग सी कि फसल पई है इन्हों की महक आनी पी हूँ मैं अगर ज़्यादा ना गया तो अगर थोड़ा जी इस लीज टप वा तो सारे कपड़ा नाल खटा चिबड़ वे तो इंटर हूँ अरूजते समझो। उम्मीद करें तो कोई वीडियो पसंद आई हो सी नवी वीडियो मिलसूँ खुदा हाफिज़।